ਕਾਰ ਦੇ ਵਿੱਚ ਮੁਖਬਰੀ ਦੇ ਉੱਪਰ ਦੋ ਬੰਦਿਆਂ ਨੂੰ ਅਰੈਸਟ ਕੀਤਾ, ਗੁਰਵਿੰਦਰ ਸਿੰਘ ਅਤੇ ਇੰਦਰਜੀਤ ਸਿੰਘ। ਜੋ ਇਹ ਮੁੱਢੀ ਪੁੱਛਗਿੱਛ 'ਤੇ ਪਤਾ ਲੱਗਿਆ ਵੀ ਇਹ ਬੰਦਿਆਂ ਨੇ ਜਿਹੜੀ ਇਹ ਕਾਰ ਚੋਰੀ ਕੀਤੀ ਸੀਗੀ, ਔਰ ਜਦੋਂ ਪਰਚਾ ਦਰਜ ਕਰਕੇ ਇਹਨਾਂ ਦੀ ਡਿਟੇਲ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਦੀ ਮੋਟਰਸ ਪਰੈਂਡੀ ਬਾਰੇ ਪਤਾ ਲੱਗਾ ਵੀ ਇਹ ਜਿਹੜੀਆਂ ਐਕਸੀਡੈਂਟ ਹੋ ਕੇ ਗੱਡੀਆਂ ਕੰਡਮ ਹੋ ਜਾਂਦੀਆਂ ਸੀਗੀਆਂ, ਉਹ ਇੰਸ਼ੋਰੈਂਸ ਕੰਪਨੀ ਤੋਂ ਪਤਾ ਕਰਾ ਕੇ ਉਹਨਾਂ ਦੀ ਜਲਦੀ ਆਰ ਸੀ ਤਿਆਰ ਕਰ ਲੈਂਦੇ ਸੀਗੇ, ਔਰ ਉਸੇ ਕਲਰ ਦੀ ਉਸੇ ਕੰਪਨੀ ਦੀ ਗੱਡੀ ਜਿਹੜੀ ਹੈ, ਉਸੇ ਮਾਡਲ ਦੀ ਗੱਡੀ ਜਿਹੜੀ ਹੈ ਉਹ ਚੋਰੀ ਕਰਦੇ ਸੀ, ਔਰ ਉਹ ਜਿਹੜਾ ਜਾਲੀ ਨੰਬਰ ਸੀਗਾ ਉਹਦੇ 'ਤੇ ਲਗਾ ਕੇ ਅੱਗੇ ਸੇਲ ਕਰਦੇ ਸੀ। ਜੋ ਉਸ ਤੋਂ ਇਹਨਾਂ ਦੇ ਕੋਲੋਂ ਅਸੀਂ ਚਾਰ ਗੱਡੀਆਂ ਬਰਾਮਦ ਕਰਨੀਆਂ, ਇਹਨਾਂ ਨੇ ਪੰਜ ਗੱਡੀਆਂ ਚੋਰੀ ਕਰਨੀਆਂ ਮੰਨੀਆਂ, ਜਿਹਚੋਂ ਚਾਰ ਅਸੀਂ ਬਰਾਮਦ ਕਰਨੀਆਂ। ਇੱਕ ਸਵਿਫਟ ਕਾਰ ਨੰਬਰ ਜਿਹਦਾ ਅਸਲੀ ਨੰਬਰ ਹੈਗਾ PP 65 53 64, ਪਰ ਇਹਨਾਂ ਨੇ CH01AY1119 ਇਸ 'ਤੇ ਲਗਾਇਆ ਹੋਇਆ ਸੀ, ਇਹ ਮੋਹਾਲੀ ਤੋਂ ਚੋਰੀ ਹੋਈ ਸੀ। ਇੱਕ ਇਨੋਵਾ ਕਾਰ ਬਿਨਾਂ ਨੰਬਰੀ ਬਰਾਮਦ ਕੀਤੀ ਹੈ, ਜੋ ਇਹਨਾਂ ਨੇ ਦਿੱਲੀ ਤੋਂ ਚੋਰੀ ਕੀਤੀ ਸੀਗੀ, ਔਰ ਦਿੱਲੀ ਤੋਂ ਨਹੀਂ ਸੋਰੀ ਗੰਗਾਨਗਰ ਤੋਂ ਚੋਰੀ ਕੀਤੀ ਸੀ ਜੋਬਨ ਹੋਸਪਿਟਲ ਤੋਂ। ਇੱਕ I-20 ਕਾਰ ਹੈ ਜਿੱਤੇ ਇਹਨਾਂ ਨੇ PV02DL2655 ਨੰਬਰ ਲਗਾਇਆ, ਪਰ ਉਹਦਾ ਅਸਲੀ ਨੰਬਰ CH01BL2526 ਸੀਗਾ, ਇਹ ਇਹਨਾਂ ਨੇ ਚੰਡੀਗੜ੍ਹ ਤੋਂ ਚੋਰੀ ਕੀਤੀ ਸੀ। ਇੱਕ ਸਵਿਫਟ ਕਾਰ ਨੰਬਰ PV18S0063 ਜਿਹੜੀ ਬਰਾਮਦ ਕੀਤੀ ਹੈ, ਜੋ ਇਹਦੇ ਬਾਰੇ ਅਜੇ ਪਤਾ ਕਰ ਰਹੇ ਹਾਂ ਅਸੀਂ ਵੀ ਇਹਨਾਂ ਨੇ ਕਿੱਥੋਂ ਚੋਰੀ ਕੀਤੀ, ਉਹਦਾ ਅਸਲੀ ਨੰਬਰ ਨਹੀਂ ਪਤਾ ਲੱਗ ਸਕਿਆ ਰਿਮਾਂਡ ਦੇ ਉੱਪਰ ਨੇ। ਇੱਕ ਇਹਨਾਂ ਨੇ ਫੋਰਚੂਨਰ ਕਾਰ ਅਨੰਦਪੁਰ ਸਾਹਿਬ ਤੋਂ ਬਰਾਮਦ ਕੀਤੀ ਸੀ, ਜੋ ਅਨੰਦਪੁਰ ਸਾਹਿਬ ਦੇ ਵਿੱਚ ਹੀ ਇੱਕ ਉਹਨਾਂ ਨੇ ਪਹਿਲਾਂ ਬਰਾਮਦ ਕਰ ਲਈ ਹੈ ਲਵਾਰਿਸ, ਔਰ ਇਹਨਾਂ ਦੇ ਨਾਲ ਜਿਹੜੇ ਹੋਰ ਵੀ ਬੰਦੇ ਨੇ ਜਿਹੜੇ ਇਨਵੋਲਵ ਹੋਣਗੇ, ਮੇ ਬੀ ਇੰਸ਼ੋਰੈਂਸ ਕੰਪਨੀ ਵਾਲੇ ਹੋਣ, ਮੇ ਬੀ ਜਿਹੜੇ ਕਬਾੜੀਏ ਨੇ ਜਿਹਨਾਂ ਦੇ ਕੋਲ ਗੱਡੀਆਂ ਇਹ ਟੋਟਲ ਲੋਸ ਜਿਹੜੀ ਉਹਨਾਂ ਦੀ ਲੈਂਦੇ ਸੀ ਇਨਫੋਰਮੇਸ਼ਨ ਉਹ, ਅਤੇ ਇੱਕ ਜਿਹੜੇ ਬੰਦੇ ਇਹਨਾਂ ਦੇ ਨਾਲ ਮਿਸਤਰੀ ਹੋਰ ਇਨਵੋਲਵ ਹੋਣਗੇ ਉਹ ਸਾਰੇ ਅਸੀਂ ਗ੍ਰਿਫਤਾਰ ਕਰਾਂਗੇ। ਹਾਂਜੀ, ਪਹਿਲਾਂ ਨਹੀਂ, ਇਹਦੇ ਬਾਰੇ ਅਸੀਂ ਅਜੇ ਪਤਾ ਕਰ ਰਹੇ ਹਾਂ, ਅਸੀਂ ਵਾਇਰਲੈਸ ਕਰਾਤੀ ਹੈ ਸਾਰੇ ਪੰਜਾਬ ਦੇ ਵਿੱਚ, ਇਹ ਜ਼ਿਆਦਾ ਜਿਹੜੇ ਆ ਆਪਣਾ ਹਰ ਸ਼ਹਿਰ ਦੇ ਵਿੱਚ ਆਪਰੇਸ਼ਨ ਕਰਦੇ, ਜਿਸ ਤਰ੍ਹਾਂ ਗੰਗਾਨਗਰ ਤੋਂ ਵੀ ਇਹਨਾਂ ਨੇ ਗੱਡੀਆਂ ਚੋਰੀ ਕੀਤੀਆਂ, ਦਿੱਲੀ ਤੋਂ ਵੀ ਕੀਤੀਆਂ, ਚੰਡੀਗੜ੍ਹ ਮੋਹਾਲੀ ਅੰਮ੍ਰਿਤਸਰ ਵੀ ਸ਼ਾਇਦ ਇਸੇ ਕੰਮ ਲਈ ਆਏ ਹੋਣ, ਸਾਰੀ ਗੱਲ ਅਸੀਂ ਵੈਰੀਫਾਈ ਕਰ ਰਹੇ ਹਾਂ।